ਗਏ ਆ ਕਿਉਂਕਿ ਫਾਰਗ ਹੋ ਗਏ ਆ ਬਿਲਕੁਲ, ਅਤੇ ਇਹਨਾਂ ਨੂੰ ਅੱਜ ਕ੍ਰਸ਼ ਕਰ ਦੇਣਗੇ ਆ। ਦੋ ਤਿੰਨ ਕਿਸਮ ਦੇ ਪਰਿੰਦੇ, ਇਹ ਦੇਖੋ, ਇਹ ਦੇਖੋ ਜੀ, ਇਹ ਚੈੱਕ ਕਰੋ। ਚਲੋ ਬਹਰਹਾਲ ਜੀ ਰਗੜ ਦੇਣੀ ਅੱਲਾ ਦੇ ਕੋਈ ਨਾ। ਰਹਿਮਾਨ ਰਹੀਮ, ਅਸਲਾਮ ਵਾਲੇਕਮ, ਓ ਵੈਲਕਮ ਜੀ ਨਈ ਵੀਡੀਓ ਨਾਲ। ਲਓ ਜਨਾਬ, ਤਿਲਾਂ ਦਾ ਯਾਨੀ ਕਿ ਫਾਰਗ ਹੋ ਗਏ ਸੀ ਇਹ ਤਿਲ, ਅਤੇ ਇਹਨਾਂ ਨੂੰ ਲੱਗਿਆ ਕੁਛ ਨਹੀਂ ਸੀ ਅਤੇ ਉਹਨਾਂ ਨੂੰ ਰੂਟਾ ਵਾਟਰ ਫਿਰਨ ਡਿਆ ਵਾ ਵਿੱਚ ਖੇਤਦੇ, ਅਤੇ ਉਹ ਤੁਹਾਨੂੰ ਦਿਖਾਉਂਦਾ ਵਾ ਵੀ ਕੀ ਬਣਾਉਣ ਡਿਆ ਇਹਨਾਂ ਦਾ, ਜ਼ਮੀਨ ਦੇ ਨਾਲ ਮਿਕਸ ਕਿੱਦਾਂ ਕਰਨ ਡਿਆ ਇਹਨਾਂ ਨੂੰ। ਆਓ ਤੁਹਾਨੂੰ ਵੀਡੀਓ ਦਿਖਾਉਂਦੇ ਹਾਂ ਤਿਲਾਂ ਨੂੰ ਕ੍ਰਸ਼ ਕਰਨ ਦੀ। ਜਨਾਬ ਆਹ ਜਿਹੜੇ ਅਸੀਂ ਤਿਲ ਬੀਜੇ ਸੀਗੇ, ਇਹਨਾਂ ਨੂੰ ਮਾਸ਼ਾਅੱਲਾ ਅੱਲਾ ਦੇ ਫਜ਼ਲੋ ਕਰਮ ਨਾਲ ਆ ਹਲਕਾ ਫੁਲਕਾ ਫਲ ਲੱਗਿਆ ਹੋਇਆ ਵਾ, ਅਤੇ ਜਿਹੜਾ ਕੋਈ ਮਾੜਾ ਮੋਟਾ ਹੋਣ ਲੱਗਣ ਡਿਆ ਵਾ, ਇਹ ਫੁੱਲ ਇੱਦਾਂ ਹੁੰਦਾ ਵਾ ਤਾਂ ਫਰਕ ਹੋ ਜਾਂਦਾ। ਯਾਨੀ ਕਿ ਇਹ ਮੈਂ ਤੁਹਾਨੂੰ ਧੋੜੀ ਉਹ ਦਿਖਾ ਰਿਹਾ ਜਿਹੜੀ ਸਾਰਿਆਂ ਤੋਂ ਚੰਗੀ ਆ, ਪੂਰੇ ਖੇਤ ਦੇ ਵਿੱਚ ਸਾਰਿਆਂ ਤੋਂ ਚੰਗੀ ਜਿਹੜੀ ਧੋੜੀ ਆ ਨਾ, ਉਹ ਤੁਹਾਨੂੰ ਦਿਖਾ ਰਿਹਾ। ਆਹ ਅਗਲੇ ਬੰਨੇ ਦੇਖੋ, ਬਿਲਕੁਲ ਹੀ ਫਰਕ ਆ। ਇਹ ਜਨਾਬ ਜਿਹੜੇ ਪਛੇਤੇ ਬੀਜੇ ਆ ਨਾ, ਜਿਹਨੇ ਵੀ ਬੀਜੇ ਆ, ਉਹ ਵੱਟਾਂ ਦੇ ਬੀਜੇ ਆ, ਉਹ ਇੱਦਾਂ ਪੱਧਰੇ ਖੇਤ 'ਚ ਬੀਜੇ ਆ, ਉਹ ਫਰਕ ਹੋ ਗਏ ਆ। ਟਰੈਕਟਰ ਆ ਗਿਆ ਹੁਣ, ਇਹਨਾਂ ਨੂੰ ਅੱਲਾ ਦੇ ਫਜ਼ਲੋ ਕਰਮ ਨਾਲ ਅਸੀਂ ਰੂਟਾ ਫਰਵਾ ਦੇਣ ਲੱਗੇ ਹਾਂ, ਕਿਉਂਕਿ ਇਹ ਫਾਰਗ ਆ। ਇਹ ਟਰੈਕਟਰ ਆ ਗਿਆ ਵਿੱਚ ਦਾਖਲ ਹੋ ਗਿਆ, ਦੇਖ ਲਓ ਤੁਹਾਡੇ ਸਾਹਮਣੇ। ਇਹ ਕਿਉਂਕਿ ਫਾਰਗ ਹੋ ਗਏ ਆ ਬਿਲਕੁਲ, ਅਤੇ ਇਹਨਾਂ ਨੂੰ ਅੱਜ ਕ੍ਰਸ਼ ਕਰ ਦੇਣ ਲੱਗੇ ਹਾਂ ਤਾਂ ਕਿ ਅਗਲੀ ਫਸਲ ਬੀਜਣ ਲਈ ਇਹ ਖੇਤ ਤਿਆਰ ਹੋ ਜਾਵੇ। ਕੁਛ ਨਹੀਂ ਤਾਂ ਰੂੜੀ ਦੇ ਕੰਮ ਆਉਣਗੇ ਹੁਣ, ਇਹ ਇਨਸ਼ਾਲਾ ਇਹਦੇ ਵਿੱਚ ਖਾਦ ਬਣ ਜਾਏਗੀ, ਅੱਲਾ ਖੈਰ ਕਰੇ। ਇਹ ਇੱਦਾਂ ਇਹ ਕ੍ਰਸ਼ ਹੋ ਜਾਣਗੇ, ਕ੍ਰਸ਼ ਹੋਣ ਤੋਂ ਬਾਅਦ ਫਿਰ ਇਹਨਾਂ ਦੇ ਉੱਤੇ ਜਦੋਂ ਹਲ ਚੱਲੂਗਾ ਅਤੇ ਇਹ ਮਿੱਟੀ ਦੇ ਵਿੱਚ ਮਿਕਸ ਹੋ ਜਾਣਗੇ, ਇਨਸ਼ਾਲਾ ਜਦੋਂ ਨੈਕਸਟ ਫਸਲ ਬੀਜਾਂਗੇ ਕੋਈ ਵੀ, ਅਤੇ ਉਹਦੇ ਲਈ ਬੜੇ ਫਾਇਦੇਮੰਦ ਹੋਣਗੇ ਇਹ ਇਨਸ਼ਾਲਾ। ਬੂਟਿਆਂ ਨੂੰ ਲੱਗੀਆਂ ਜੀ ਫਲੀਆਂ, ਦੇਖੋ ਇਹ ਦੇਖੋ, ਯਾਨੀ ਕਿ ਵਿੱਚ ਵਿੱਚ ਬੂਟਿਆਂ ਨੂੰ ਲੱਗੀਆਂ ਵਾ, ਪਰ ਪੰਜ ਪੰਜ ਸੱਤ ਸੱਤ ਡੋਡਿਆਂ ਤੋਂ ਜ਼ਿਆਦਾ ਨਹੀਂ। ਆਮ ਤੌਰ 'ਤੇ ਜਿਹੜੇ ਡੋਡੇ ਆ ਆਪਣਾ ਬੂਟੇ ਆ ਉਹ ਖਾਲੀ ਆ, ਇਹ ਦੇਖੋ ਇਹ ਸਭ ਖਾਲੀ ਖੜ੍ਹੇ ਆ। ਆਹ ਜਿਹੜੀ ਧੋੜੀ ਮੈਂ ਤੁਹਾਨੂੰ ਇੱਕ ਪਿੱਛੇ ਜੇ ਇੱਕ ਵੀਡੀਓ ਬਣਾਈ ਸੀਗੀ, ਪਾਣੀ ਲਾਉਂਦਾ ਸੀਗਾ, ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇਹ ਸਾਰਾ ਤੋਂ ਉੱਚੀ ਆ, ਇੱਥੇ ਪਾਣੀ ਨਹੀਂ ਚੜਿਆ, ਅਤੇ ਦੇਖਦੇ ਇਹ ਉਦੋਂ ਭਾਈ ਬਿਮਾਰੀ ਦੀ ਇਹ 'ਤੇ ਜੋਬਨ ਸੀਗਾ ਵੀ, ਯਾਨੀ ਕਿ ਰੂਸ ਸੀਗਾ। ਇਹ ਦੇਖੋ ਹੁਣ ਇਹਨਾਂ ਬੂਟਿਆਂ ਦਾ ਕੀ ਹਾਲ ਹੋ ਗਿਆ, ਇਹ ਤਾਂ ਨੂੰ ਜਾਣ ਦੀ ਬਜਾਏ ਠਾਂ ਨੂੰ ਗਏ ਆ, ਅਤੇ ਕੀ ਵਜ੍ਹਾ ਬਣੀ ਆ ਮੈਨੂੰ ਇਸ ਗੱਲ ਦਾ ਕੋਈ ਸਮਝ ਨਹੀਂ ਆਈ ਹੈਗੀ। ਮਜ਼ਾ ਤਾਂ ਉਦੋਂ ਆਉਂਦਾ ਜੀ ਜੇ ਰੂਟਾ ਵਾਟਰ ਤੁਹਾਡਾ ਆਪਣਾ ਹੋਵੇ ਅਤੇ ਇਹਦੀਆਂ ਜਿਹੜੀਆਂ ਦੋਵੇਂ ਸਾਈਡਾਂ ਦੇ ਉੱਤੇ ਪੱਤਰੀਆਂ ਲੱਗੀਆਂ ਉਹ ਲਾਈਆਂ ਹੋਈਆਂ ਹੋਣ, ਅਤੇ ਫਿਰ ਇਹਨਾਂ ਨੂੰ ਕੁਦਰੇ ਫਿਰ ਅਸਲ ਮਜ਼ਾ ਆਉਂਦਾ। ਅਤੇ ਉਹ ਜਿਹੜਾ ਕਿਸੇ ਕੋਲ ਵਹਾਈ ਕਰਾਉਣੀ ਆ ਉਹ ਫਿਰ ਮਜ਼ਾ, ਮੈਂ ਨਹੀਂ ਵੈਸੇ ਇਸ ਚੀਜ਼ 'ਚ ਮੁਤਮਿਨ ਹੈਗਾ। ਇਹ ਦੇਖੋ ਜੀ, ਇਹ ਚੈੱਕ ਕਰੋ। ਚਲੋ ਬਹਰਹਾਲ ਇਹ ਤੋਂ ਬਾਅਦ ਹਲ ਪਾਵਾਂਗੇ, ਸੈੱਟ ਹੋ ਜੂਗਾ। ਉਂਝ ਰੂਟਾ ਵਾਟਰ ਰੂਟਾ ਜਿਹੜਾ ਵਾ ਨਾ ਛੋਟਾ ਵਾ, ਪੂਰੀ ਚਾਸ ਨਹੀਂ ਦੇਣ ਡਿਆ ਹੈਗਾ, ਬੜਾ ਕੁਛ ਨਿਕਲ ਡਿਆ ਜੀ ਵਿੱਚੋਂ, ਅਤੇ ਆ ਮੇਰੇ ਤੋਂ ਡਰਦੇ ਨੱਠਣ ਭੱਜਣ ਲੱਗ ਪਏ ਆ। ਉਂਝ ਵੈਸੇ ਬਥੇਰੇ ਬੈਠੇ ਆ ਅਤੇ ਆ ਦੋ ਤਿੰਨ ਕਿਸਮ ਦੇ ਪਰਿੰਦੇ, ਇਹ ਦੇਖੋ ਸੇਕ ਬਹੁਤ ਆ। ਮੈਂ ਟਿੱਬੇ ਦੇ ਉੱਤੇ ਆਇਆ, ਮੈਂ ਕਿਹਾ ਚਲੋ ਕੋਈ ਭੋਰਾ ਹਵਾ ਲੱਗਦੀ ਹੋਊ, ਪਰ ਟਿੱਬੇ ਦੇ ਉੱਤੇ ਵੀ ਕੋਈ ਨਹੀਂ ਹਵਾ ਹੁਵਾ ਲੱਗ ਰਹੀ ਹੈਗੀ।
ਨਾਲ ਸਬਜ਼ੀ ਬੀਜੀ ਸੀ, ਇਹ ਛੱਡ ਦਿੰਦੇ ਹਾਂ ਕਿਉਂਕਿ ਅੱਗੇ ਤਾਂ ਇਹ ਸਬਜ਼ੀ ਉੱਤੋਂ ਉੱਤਰੋਂ ਹਟ ਗਈ ਸੀ ਵੀ, ਯਾਨੀ ਕਿ ਲੱਗਣੋਂ ਹਟ ਗਈ ਸੀ ਇਹਨੂੰ, ਹੁਣ ਫਿਰ ਤੁਰ ਪਈ ਆ, ਅੱਲਾ ਖੈਰ ਕਰਿਆ ਫੁੱਲ ਛੁੱਲ ਲੱਗਣ ਲੱਗ ਪਿਆ ਇਹਨੂੰ, ਇਸ ਕਰਕੇ ਇਹਨੂੰ ਛੱਡ ਦਿੰਦੇ ਹਾਂ। ਥੋੜ੍ਹਾ ਹੀ ਰਹਿ ਗਿਆ, ਮੈਂ ਹੁਣ ਥੋੜ੍ਹੇ ਜਿਹੇ ਪੱਠੇ ਕੁੱਤਣੇ, ਇਸ ਕਰਕੇ ਮੈਂ ਚੱਲਾਂ ਵਾਂ। ਇਹਦੇ ਨਾਲ ਹੀ ਅੱਜ ਦੀ ਵੀਡੀਓ ਦਾ ਐਂਡ ਕਰਦੇ ਹਾਂ, ਦੁਆਵਾਂ ਯਾਦ ਰੱਖੋ, ਇਨਸ਼ਾਅੱਲਾ ਅਗਲੀ ਵੀਡੀਓ ਨਾਲ ਫਿਰ ਮਿਲਾਂਗੇ, ਅੱਲਾ ਹਾਫਿਜ਼।